ਮਰਨ ਤੋਂ ਬਾਅਦ ਕੀ ਹੁੰਦਾ ਹੈ? ਆਤਮਾ ਕਿੱਥੇ ਚਲੀ ਜਾਂਦੀ ਹੈ? ਨਰਕਾਂ ਸਵਰਗਾਂ ਦੇ ਵਿੱਚ ਕੀ ਹੁੰਦਾ ਹੈ? ਇਸ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ, ਪਰ ਇਸ ਦਾ ਭੇਦ ਕੋਈ ਨਹੀਂ ਪਾ ਸਕਿਆ। ਹਿੰਦੂ ਮਤ ਮੁਤਾਬਕ ਸਵਰਗਾਂ ਦੇ ਵਿੱਚ ਦੇਵਤੇ ਨਿਵਾਸ ਕਰਦੇ ਹਨ ਅਤੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਉੱਥੇ ਹੁੰਦੀ ਹੈ। ਨਰਕਾਂ ਦੇ ਵਿੱਚ ਜਮਾਂ ਦੀ ਮਾਰ ਪੈਂਦੀ ਹੈ ਅਤੇ ਕਰਮਾਂ ਦੇ ਹਿਸਾਬ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਧਾਰਨਾਵਾਂ ਅੱਜ ਤੱਕ ਚੱਲਦੀਆਂ ਆ ਰਹੀਆਂ ਹਨ। ਧਰਮਰਾਜ ਦੀ ਕਚਹਿਰੀ ਲੱਗਦੀ ਹੈ। ਚਿੱਤਰਗੁਪਤ ਬੰਦੇ ਦੀ ਜ਼ਿੰਦਗੀ ਦਾ ਸਾਰਾ ਚਿੱਠਾ ਖੋਲ੍ਹ ਦਿੰਦਾ ਹੈ ਅਤੇ ਕਰਮਾਂ ਦੇ ਹਿਸਾਬ ਦੇ ਨਾਲ ਉਸ ਨੂੰ ਸਜ਼ਾ ਜਾਂ ਸਵਰਗ ਦਿੱਤਾ ਜਾਂਦਾ ਹੈ। ਇਹ ਸਭ ਪੁਰਾਤਨ ਸਮੇਂ ਤੋਂ ਹੀ ਸਾਰੇ ਧਰਮਾਂ ਦਾ ਮੰਨਣਾ ਹੈ ਅਤੇ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਨਰਕ ਸਵਰਗ ਕਿਤੇ ਦੂਰ ਜਾਂ ਕੋਈ ਹੋਰ ਦੁਨੀਆ ਨਹੀਂ, ਇਸੀ ਜ਼ਿੰਦਗੀ ਦੇ ਵਿੱਚ ਹੀ ਭੁਗਤਣੇ ਪੈਂਦੇ ਹਨ। ਪਰ ਇਸ ਪਿੱਛੇ ਦੀ ਸੱਚਾਈ ਕੋਈ ਨਹੀਂ ਜਾਣ ਸਕਿਆ। ਕਿਹਾ ਜਾਂਦਾ ਹੈ, ਵਿਗਿਆਨੀਆਂ ਨੇ ਵੀ ਇੱਕ ਪ੍ਰਯੋਗ ਕੀਤਾ ਸੀ ਜਿਸ ਦੇ ਵਿੱਚ ਧਰਤੀ ਵਿੱਚ ਇੱਕ ਡੂੰਘਾ ਛੇਕ ਕੀਤਾ ਗਿਆ। ਇੱਕ ਸਮਾਂ ਐਸਾ ਆਇਆ ਜਦੋਂ ਧਰਤੀ ਦੇ ਥੱਲਿਓਂ ਆਵਾਜ਼ਾਂ ਆਉਣ ਲੱਗੀਆਂ, ਬਹੁਤ ਭਿਆਨਕ ਆਵਾਜ਼ਾਂ ਆਉਣ ਲੱਗੀਆਂ ਤਾਂ ਖੁਦਾਈ ਬੰਦ ਕਰ ਦਿੱਤੀ ਗਈ, ਜਿਸ ਨੂੰ ਡੋਰ ਆਫ ਹੈਲ ਵੀ ਕਿਹਾ ਜਾਂਦਾ ਹੈ, ਜੋ ਅੱਜ ਵੀ ਮੌਜੂਦ ਹੈ। ਇੱਕ ਅਜਿਹੀ ਹੀ ਘਟਨਾ ਪੰਜਾਬ ਦੇ ਵਿੱਚ ਇੱਕ ਸ਼ਖਸ ਨੇ ਆਪਣੀ ਆਪ ਬੀਤੀ ਸੁਣਾਈ, ਜਿਸ ਨੂੰ ਸੁਣ ਕੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਪਰ ਉਸ ਨਾਲ ਉਸ ਸ਼ਖਸ ਦੀ ਜ਼ਿੰਦਗੀ ਬਦਲ ਗਈ ਅਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਕਿ ਉਹ ਗੁਰੂ ਵਾਲਾ ਬਣ ਗਿਆ ਅਤੇ ਮੌਤ ਦੇ ਮੂੰਹ 'ਚੋਂ ਬਾਹਰ ਆਇਆ। ਨਵਾਂਸ਼ਹਿਰ ਪੰਜਾਬ ਦਾ ਇੱਕ ਵਿਖਿਆਤ ਸ਼ਹਿਰ ਹੈ, ਜਿੱਥੇ ਜਤਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸਰਕਾਰੀ ਅਧਿਆਪਕ ਹੈ। ਜਤਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਦੀ ਇੱਕ ਅਜਿਹੀ ਹੱਡਬੀਤੀ ਦੱਸੀ ਜਿਸ ਨਾਲ ਉਹ ਗੁਰੂ ਵਾਲਾ ਬਣਿਆ ਅਤੇ ਉਸਦੀ ਜ਼ਿੰਦਗੀ ਬਦਲਣ ਦੀ ਦਾਸਤਾਨ ਬਹੁਤ ਹੀ ਅਨੋਖੀ ਅਤੇ ਦੁਰਲੱਭ ਹੈ। ਜਤਿੰਦਰ ਸਿੰਘ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਅਤੇ ਪਿਛਲੇ 15 ਸਾਲਾਂ ਤੋਂ ਇੱਕ ਸਰਕਾਰੀ ਅਧਿਆਪਕ ਸੀ। ਸਿੱਖਾਂ ਦੇ ਘਰ ਦੇ ਵਿੱਚ ਜਨਮਿਆ ਜਤਿੰਦਰ ਸਿੰਘ ਆਪਣੀ ਦਾੜੀ ਕਤਲ ਕਰਦਾ ਸੀ। ਘਰ ਵਾਲਿਆਂ ਨੇ ਕਾਫ਼ੀ ਸਮਝਾਇਆ ਪਰ ਉਸਦੀ ਆਦਤ ਨਹੀਂ ਗਈ ਅਤੇ ਉਹ ਦਾੜੀ ਕਤਲ ਕਰਦਾ ਰਿਹਾ। ਸਿਰ ਦੇ ਕੇਸ ਪੂਰੇ ਸੀ ਅਤੇ ਦਸਤਾਰ ਸਜਾਉਂਦਾ ਸੀ। ਘਰ ਵਾਲਿਆਂ ਦੇ ਵਾਰ ਵਾਰ ਕਹਿਣ 'ਤੇ ਉਸਦੇ ਅੰਦਰ ਕੁਝ ਨਾ ਕੁਝ ਦਾ ਫਰਕ ਪੈ ਰਿਹਾ ਸੀ ਅਤੇ ਇੱਕ ਵਾਰ ਉਸਨੇ ਮਨ ਬਣਾ ਲਿਆ ਕਿ ਉਹ ਗੁਰੂ ਵਾਲਾ ਬਣੇਗਾ ਅਤੇ ਅੰਮ੍ਰਿਤ ਛਕੇਗਾ। ਉਸਨੇ ਦਾੜੀ ਕਤਲ ਕਰਨੀ ਬੰਦ ਕਰ ਦਿੱਤੀ ਅਤੇ ਸੰਗਰਾਂਦ ਅਤੇ ਅੰਮ੍ਰਿਤ ਛਕਣ ਦਾ ਮਨ ਬਣਾ ਕੇ ਉਸਨੇ ਨਾਮ ਵੀ ਲਿਖਵਾ ਲਿਆ। ਅਗਲੇ ਦਿਨ ਸੰਗਰਾਂਦ ਸੀ। ਜਤਿੰਦਰ ਸਿੰਘ ਨੇ ਅਗਲੇ ਦਿਨ ਅੰਮ੍ਰਿਤ ਛਕਣ ਜਾਣਾ ਸੀ। ਰਾਤ ਨੂੰ ਜਤਿੰਦਰ ਸਿੰਘ ਸੁੱਤਾ ਅਤੇ ਉਸਨੂੰ ਛਾਤੀ ਦੇ ਵਿੱਚ ਤੇਜ਼ ਦਰਦ ਹੋਈ। ਉਸਨੂੰ ਇੱਕ ਝਟਕਾ ਜਿਹਾ ਮਹਿਸੂਸ ਹੁੰਦਾ ਹੈ ਅਤੇ ਉਹ ਬੇਹੋਸ਼ ਹੋ ਜਾਂਦਾ ਹੈ। ਜਦੋਂ ਉਸਨੂੰ ਹੋਸ਼ ਆਈ ਤਾਂ ਉਸਨੂੰ ਦੋ ਬੰਦੇ ਕਿਸੇ ਅਣਜਾਣ ਜਗ੍ਹਾ 'ਤੇ ਲੈ ਕੇ ਜਾ ਰਹੇ ਸੀ, ਪਰ ਜਤਿੰਦਰ ਨੂੰ ਕੁਝ ਵੀ ਸਮਝ ਨਹੀਂ ਲੱਗਿਆ ਅਤੇ ਉਸਨੇ ਕੁਝ ਵੀ ਨਾ ਪੁੱਛਿਆ, ਚੁੱਪ ਚਾਪ ਉਹਨਾਂ ਦੇ ਨਾਲ ਚੱਲਦਾ ਰਿਹਾ। ਕੁਝ ਸਮਾਂ ਬਾਅਦ ਉਹ ਇੱਕ ਜਗ੍ਹਾ ਦੇ ਕੋਲੋਂ ਲੰਘੇ ਜਿੱਥੇ ਇੱਕ ਸੰਗੀਤ ਦੀ ਆਵਾਜ਼ ਆ ਰਹੀ ਸੀ ਅਤੇ ਪ੍ਰਕਾਸ਼ ਹੀ ਪ੍ਰਕਾਸ਼ ਸਾਰੇ ਪਾਸੇ ਖਿਲ ਰਿਹਾ ਹੋਇਆ ਸੀ। ਉਸਨੇ ਪੁੱਛਿਆ ਕਿ ਇਹ ਕਿਹੜੀ ਜਗ੍ਹਾ ਹੈ ਤਾਂ ਜਵਾਬ ਮਿਲਿਆ ਕਿ ਇਹ ਸਵਰਗ ਹੈ। ਜਤਿੰਦਰ ਬਹੁਤ ਹੈਰਾਨ ਹੋਇਆ ਅਤੇ ਕਹਿਣ ਲੱਗਿਆ ਕਿ ਮੈਂ ਮਰ ਗਿਆ, ਕਿ ਮੈਂ ਕੋਈ ਸੁਪਨਾ ਦੇਖ ਰਿਹਾ ਹਾਂ? ਤਾਂ ਉਹਨਾਂ ਨੇ ਕਿਹਾ, ਨਹੀਂ, ਤੂੰ ਮਰ ਚੁੱਕਾ ਹੈ। ਤਾਂ ਜਤਿੰਦਰ ਨੇ ਕਿਹਾ ਕਿ ਹੁਣ ਤੁਸੀਂ ਮੈਨੂੰ ਸਵਰਗ ਲੈ ਕੇ ਜਾ ਰਹੇ ਹੋ? ਤਾਂ ਉਹਨਾਂ ਜਮਾਂ ਨੇ ਕਿਹਾ ਕਿ ਨਹੀਂ। ਕੁਝ ਸਮਾਂ ਬਾਅਦ ਉਹ ਇੱਕ ਐਸੀ ਜਗ੍ਹਾ ਦੇ ਕੋਲੋਂ ਲੰਘਦੇ ਹਨ ਜਿੱਥੇ ਬਹੁਤ ਦਰਦਨਾਕ ਆਵਾਜ਼ਾਂ ਆ ਰਹੀਆਂ ਸੀ। ਜਤਿੰਦਰ ਨੇ ਕਿਹਾ ਕਿ ਤੁਸੀਂ ਮੈਨੂੰ ਨਰਕ ਵਿੱਚ ਲੈ ਕੇ ਜਾ ਰਹੇ ਹੋ? ਤਾਂ ਉਸਨੇ ਕਿਹਾ, ਨਹੀਂ, ਪਹਿਲਾਂ ਤੈਨੂੰ ਧਰਮਰਾਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਉਹੀ ਤੇਰਾ ਫੈਸਲਾ ਕਰਨਗੇ। ਜਦੋਂ ਉਸਨੂੰ ਧਰਮਰਾਜ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਕਾਫ਼ੀ ਸਮਾਂ ਉਸਨੂੰ ਉਡੀਕ ਕਰਨੀ ਪਈ ਅਤੇ ਜਦੋਂ ਉਸਦੀ ਵਾਰੀ ਆਈ ਤਾਂ ਇੱਕ ਬੰਦਾ ਧਰਮਰਾਜ ਕੋਲ ਬੈਠਾ ਉਸਦਾ ਸਾਰਾ ਜੀਵਨ ਪੜ੍ਹ ਰਿਹਾ ਸੀ। ਜਤਿੰਦਰ ਨੇ ਦੱਸਿਆ ਕਿ ਕੁਝ ਕੁ ਸਮੇਂ ਦੇ ਵਿੱਚ ਹੀ ਮੇਰਾ ਸਾਰਾ ਜੀਵਨ ਮੇਰੀ ਅੱਖਾਂ ਦੇ ਸਾਹਮਣੇ ਆ ਗਿਆ। ਧਰਮਰਾਜ ਨੂੰ ਦੱਸਿਆ ਗਿਆ ਕਿ ਉਸਨੇ ਜੀਵਨ ਦੇ ਵਿੱਚ ਚੰਗੇ ਅਤੇ ਮਾੜੇ ਕੰਮ ਬਰਾਬਰ ਹੀ ਕੀਤੇ ਹਨ। ਜਦੋਂ ਧਰਮਰਾਜ ਫੈਸਲਾ ਦੇਣ ਲੱਗਿਆ ਤਾਂ ਉਹ ਕਹਿਣ ਲੱਗਿਆ ਕਿ ਮੈਂ ਤਾਂ ਹਾਲੇ ਬਹੁਤ ਜੀਣਾ ਸੀ, ਮੈਂ ਹਾਲੇ ਬਹੁਤ ਕੁਝ ਕਰਨਾ ਹੈ, ਹਾਲੇ ਮੈਂ ਬਹੁਤ ਚੰਗੇ ਕੰਮ ਵੀ ਕਰਨੇ ਸੀ ਅਤੇ ਮੈਂ ਕੱਲ੍ਹ ਗੁਰੂ ਵਾਲਾ ਵੀ ਬਣਨਾ ਸੀ। ਜਦੋਂ ਧਰਮਰਾਜ ਨੇ ਕਿਹਾ ਕਿ ਤੇਰਾ ਸਮਾਂ ਪੂਰਾ ਹੋ ਚੁੱਕਾ ਹੈ, ਇਹੀ ਵਿਧੀ ਦਾ ਵਿਧਾਨ ਹੈ, ਹੁਣ ਕੁਝ ਨਹੀਂ ਹੋ ਸਕਦਾ, ਤਾਂ ਜਤਿੰਦਰ ਨੇ ਕਿਹਾ ਕਿ ਮੈਂ ਤਾਂ ਹਾਲੇ ਅੰਮ੍ਰਿਤ ਛਕਣਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਮੰਨਣਾ ਸੀ, ਇਹ ਤਾਂ ਹਾਲੇ ਮੇਰਾ ਸਮਾਂ ਆਉਣਾ ਸੀ, ਤਾਂ ਮੈਂ ਪਹਿਲਾਂ ਕਿਵੇਂ ਮਰ ਸਕਦਾ ਹਾਂ? ਗੁਰੂ ਸਾਹਿਬ ਦਾ ਜਦੋਂ ਨਾਮ ਉਸਦੇ ਮੂੰਹ ਦੇ ਵਿੱਚੋਂ ਨਿਕਲਿਆ ਤਾਂ ਧਰਮਰਾਜ ਚੁੱਪ ਕਰ ਗਿਆ। ਉੱਥੇ ਦੋ ਸਿੰਘ ਨੀਲੇ ਬਾਣੇ ਦੇ ਵਿੱਚ ਉੱਚੇ ਲੰਬੇ ਕੱਦ ਵਾਲੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਆਉਂਦੇ ਹਨ ਅਤੇ ਜਤਿੰਦਰ ਸਿੰਘ ਉਹਨਾਂ ਅੱਗੇ ਹੱਥ ਜੋੜ ਕੇ ਖੜ੍ਹ ਜਾਂਦਾ ਹੈ। ਉੱਥੇ ਕੋਈ ਵੀ ਕੁਝ ਵੀ ਨਹੀਂ ਬੋਲਦਾ।
ਉਹ ਦੋਨੋਂ ਸਿੰਘ ਜਤਿੰਦਰ ਦਾ ਹੱਥ ਫੜਦੇ ਹਨ ਅਤੇ ਉੱਥੋਂ ਲੈ ਕੇ ਚੱਲ ਪੈਂਦੇ ਹਨ। ਕੁਝ ਸਮਾਂ ਬਾਅਦ ਉਹਨਾਂ ਅੱਗੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਅਤੇ ਫਿਰ ਇੱਕ ਹੋਰ ਉਸਨੂੰ ਝਟਕਾ ਮਹਿਸੂਸ ਹੁੰਦਾ ਹੈ ਅਤੇ ਉਹ ਆਪਣੇ ਆਪ ਨੂੰ ਆਪਣੇ ਬੈੱਡ 'ਤੇ ਪਾਉਂਦਾ ਹੈ। ਫਿਰ ਜਦੋਂ ਉਸਨੂੰ ਹੋਸ਼ ਆਉਂਦੀ ਹੈ ਤਾਂ ਫਿਰ ਵੀ ਉਸਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਇਹ ਕੋਈ ਸੁਪਨਾ ਸੀ ਜਾਂ ਕੋਈ ਹਕੀਕਤ ਸੀ। ਉਸਨੇ ਪਰਮਾਤਮਾ ਦਾ ਸ਼ੁਕਰ ਕੀਤਾ, ਅਰਦਾਸ ਕੀਤੀ, ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਚਲਿਆ ਗਿਆ ਅਤੇ ਉਸ ਦਿਨ ਉਸਨੇ ਅੰਮ੍ਰਿਤਪਾਨ ਕੀਤਾ। ਅੱਜ ਪੂਰੇ 2 ਸਾਲ ਹੋ ਚੁੱਕੇ ਹਨ। ਸਿੱਖ ਧਰਮ ਦੇ ਪ੍ਰਚਾਰ ਦੇ ਵਿੱਚ ਜਤਿੰਦਰ ਦਾ ਕਾਫੀ ਯੋਗਦਾਨ ਹੈ ਅਤੇ ਉਸਦੀ ਜ਼ਿੰਦਗੀ ਵੀ ਬਦਲ ਚੁੱਕੀ ਹੈ। ਜੋ ਵੀ ਸੀ ਸਪਨਾ ਜਾਂ ਹਕੀਕਤ, ਪਰ ਇਸ ਸੱਚਾਈ ਨੇ ਉਸਦੀ ਜ਼ਿੰਦਗੀ ਨੂੰ ਗੁਰਚਰਨਾਂ ਦੇ ਨਾਲ ਜੋੜ ਦਿੱਤਾ।